ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਮਸ਼ਹੂਰ ਗਾਇਕਾ ਨੀਹਾ ਕਕਰ ਨੇ ਅਚਾਨਕ ਕੀਤਾ ਵੱਡਾ ਐਲਾਨ ਸਾਰੇ ਪਾਸੇ ਹੋਊਗੀ ਚਰਚਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਇਨਸਾਨ ਇਸ జగਤ ਦੇ ਵਿੱਚ ਵਿਚਰਦਾ ਹੋਇਆ ਬਹੁਤ ਸਾਰੇ ਕੰਮ ਕਰਦਾ ਹੈ ਪਰ ਉਸ ਨੂੰ ਸਕੂਨ ਸਿਰਫ ਪੁੰਨ ਦਾ ਕੰਮ ਕਰਕੇ ਹੀ ਮਿਲਦਾ ਹੈ ਬਿਨਾ ਕਿਸੇ ਲੋਭ ਜਾਂ ਲਾਲਚ ਦੇ ਕੀਤੇ ਗਿਆ ਕੰਮ ਹੀ ਉਸ ਇਨਸਾਨ ਨੂੰ ਉਹ ਸੰਤੁਸ਼ਟੀ ਪ੍ਰਦਾਨ ਕਰਦਾ ਹੈ ਜੋ ਸ਼ਾਇਦ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਨਹੀਂ ਕਰ ਸਕਦੀ ਸਾਡੇ ਦੇਸ਼ ਦੇ ਅੰਦਰ ਵੀ ਬਹੁਤ ਅਜਿਹੇ ਸਾਰੇ ਦੁਨੀਆਦਾਨੀ ਸੱਜਣ ਮੌਜੂਦ ਹਨ ਜੋ ਸਮੇਂ ਸਿਰ ਅਤੇ ਜ਼ਰੂਰਤਮੰਦ ਲੋਕਾਂ ਦੇ ਆ ਲੋੜਾਂ ਨੂੰ ਪੂਰਾ ਕਰਦੇ ਹਨ ਇਹਨਾਂ ਵਿੱਚੋਂ ਹੀ ਇੱਕ ਸ਼ਖਸੀਅਤ ਅਤੇ ਸੂਰਾਂ ਦੀ ਮਲਿਕਾ ਨਿਆ ਗੱਕੜ ਹੈ ਜੋ ਹੁਣ ਆਪਣੇ ਇਸ ਕਾਰਜ ਦੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਹਿਲਾ ਹੀ ਬਹੁਤ ਵਾਰ ਦੇਖਿਆ ਗਿਆ ਹੈ ਕਿ ਨਿਆ ਬਹੁਤ ਨਰਮ ਅਤੇ ਉਦਾਰ ਦਿਲ ਦੀ ਮਾਲਕਣ ਹੈ ਜਿਸ ਤੋਂ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ इंडियन आइडल ਦੇ ਸੈੱਟ ਉੱਪਰ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਆਉਂਦੀਆਂ ਹਨ ਜਿਨ੍ਹਾਂ ਵਿੱਚੋਂ ਗੀਤਕਾਰ ਸੰਤੋਸ਼ ਆਨੰਦ 뮤జిక్ ਡਾਇਰੈਕਟਰ ਪਿਆਰੇਾਲ ਦੇ ਨਾਲ ਆਏ ਇਹ ਸੰਤੋਸ਼ ਆਨੰਦ ਨੇ ਆਪਣੇ ਜੀਵਨ ਦੀ ਵਿਆਥਾ ਸੁਣਾਉਂਦੇ ਹੋਏ ਕਿਹਾ ਕਿ ਉਹ ਮੌਜੂਦਾ ਸਮੇਂ ਬੇਹਤ ਆਰਥਿਕ ਤੰਗੀ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਉਹਨਾਂ ਦੇ ਉੱਪਰ ਬਹੁਤ ਸਾਰਾ ਕਰਜ਼ਾ ਹੈ ਉਸ ਸਮੇਂ ਮਾਹੌਲ ਬੇਹਦ ਭਾਵੁਕ ਹੋ ਗਿਆ ਜਿਸ ਸਮੇਂ ਉਸ ਨੇ ਸਾਬਤੋ ਪ੍ਰਭਾਵਿਤ नेहा कक्कड़ ਨੇ ਕਿਹਾ ਇਸ ਮਸ਼ਹੂਰ ਗਾਇਕਾਣੇ ਤੁਰੰਤ ਹੀ ਆਪਣੇ ਵੱਲੋਂ ਮਹਾਨ ਗੀਤਕਾਰ ਨੂੰ 5 ਲੱਖ ਰੁਪਏ ਦਾ ਦਾਨ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਸਮੁੱਚੇ ਸੰਗੀਤ ਉਦਯੋਗ ਨੂੰ ਇਹ ਅਪੀਲ ਕਰਨ ਦੇ ਆਖਿਆ ਕਿ ਉਹ ਵੀ ਪ੍ਰਸਿੱਧ ਗੀਤਕਾਰ ਸੰਤੋਸ਼ ਆਨੰਦ ਦੀ ਮਦਦ ਕਰਨ। ਨੀਹਾ ਤੋਂ ਇਲਾਵਾ ਵਿਸ਼ਾਲ ਦਲਾਨੀ ਨੇ ਵੀ ਜੇਕਰ ਸੰਤੋਸ਼ ਨੂੰ ਵਿੱਤੀ ਮਦਦ ਦੇਣ ਦਾ ਪ੍ਰੋਸਾ ਕੀਤਾ ਇਸ ਦੌਰਾਨ ਨਯਾ ਕਕਰ ਨੇ ਸੰਤੋਸ਼ ਆਨੰਦ ਦੇ ਗੀਤ ਦਿੱਤੀਆਂ ਕੁਝ ਲਾਈਨਾਂ ਵੀ ਆਈਆਂ ਜਿਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਲੋਕਾਵਲੋਂ ਨਯਾ ਕਕਰ ਦੀ ਉਦਾਰਤਾ ਦੀ ਬੇਤਾਰਿਫ ਕੀਤੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ